ਜੀ ਮੈਂ ਕਰਨ ਸਿੰਘ ਬੋਲਦਾ ਇੱਥੋਂ ਯੂਕੇ ਤੋਂ। ਹਾਂਜੀ ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਯਾਰ ਕਿ ਵੋਟ ਕਿਹਨੂੰ ਪਾ ਰਹੇ ਹੋ? ਠੀਕ ਹੈ ਜੀ ਜੀ, ਐਰ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ, ਕਿ ਤੁਹਾਨੂੰ ਜਿੱਦਾਂ ਕਿ ਪਤਾ ਹੀ ਹੈ ਨਾ ਕਿ ਜਿੱਦਾਂ ਜਿਹੜੀਆਂ ਪੁਰਾਣੀ ਸਰਕਾਰ ਜਿੱਦਾਂ ਬਾਦਲ ਸਰਕਾਰ ਹੈ ਅਤੇ ਇਹਨਾਂ ਨੇ ਬੜੀ ਲੁੱਟ ਮਚਾਈ ਹੈ ਪੰਜਾਬ ਦੇ ਵਿੱਚ, ਅਤੇ ਅਸੀਂ ਤਾਂ ਕਰਕੇ ਤੁਹਾਨੂੰ ਬਾਹਰੋਂ ਫੋਨ ਕਰਦੇ ਪਏ ਹਾਂ ਕਿ ਤੁਸੀਂ ਮਤਲਬ ਐਰ ਕਿ ਨਾ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਝਾੜੂ ਨੂੰ ਵੋਟ ਪਾਇਓ ਜੀ। ਠੀਕ ਹੈ ਜ਼ਰੂਰ ਪਾਓਗੇ? ਠੀਕ ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਦਾਂ ਸਿਹਤ? ਵਧੀਆ ਵਧੀਆ, ਤੁਸੀਂ ਸੁਣਾਓ? ਕਿੱਥੇ ਲਾਇਆ ਕਾਲ? ਉਹ ਇਲੈਕਸ਼ਨਸ ਆ ਰਹੀਆਂ ਨਾ ਆਪਣੇ 2017 ਦੀਆਂ, ਤੇ ਉਹਦੇ ਵਿੱਚ ਹੁਣ ਤੁਹਾਨੂੰ ਪਤਾ ਆਪਾਂ ਇੱਥੋਂ ਸਪੈਸ਼ਲ ਤੇ ਜਾ ਨਹੀਂ ਸਕਦੇ ਨਾ, ਤੇ ਉਹਦਾ ਕਰਕੇ ਵੀ ਇਹ ਆਪਣੇ ਕੋਲ ਇੱਕ ਬਹੁਤ ਵਧੀਆ ਇੱਕ ਪਾਰਟੀ ਦੀ ਸਪੋਰਟ ਵਾਸਤੇ ਹੈਗਾ ਇੱਕ, ਤੇ ਆਪਾਂ ਇੱਦਾਂ ਨਾ ਆਨਲਾਈਨ ਫੋਨ ਕਰ ਦਈਦਾ, ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿਹੜਾ ਇੰਟਰਨੈਟ ਹੈ, ਤੇ ਨਾ ਹੀ ਉੱਥੇ ਕੋਈ ਇਹੋ ਜਿਹੀਆਂ ਕੋਈ ਫੈਸਿਲਿਟੀਆਂ। ਹਾਂਜੀ, ਤੇ ਉਹਦਾ ਕਰਕੇ ਇੱਥੋਂ ਇਕੱਲੇ ਇਕੱਲੇ ਨੰਬਰ ਤੇ ਫੋਨ ਕਰ ਦਈਦਾ ਤੇ ਮੈਸੇਜ ਆਪਣਾ ਫਾਰਵਰਡ ਕਰ ਦਈਦਾ। ਬਹੁਤ ਵਧੀਆ, ਇਹ ਤਾਂ ਬਹੁਤ ਵਧੀਆ। ਆਪਾਂ ਹੁਣ ਦੂਜਾ ਇੱਥੇ ਬੈਠੇ ਇਹੋ ਕੁਛ ਹੀ ਕਰ ਸਕਦੇ ਹਾਂ, ਆਪਣਾ ਇੱਕ ਮੈਸੇਜ ਹੈ ਨਾ ਵੀ ਆਪਣੇ ਲੋਕਾਂ ਲਈ ਕਿ ਵੱਧ ਤੋਂ ਵੱਧ ਤੁਸੀਂ ਵੋਟਾਂ ਪਾਓ। ਅਤੇ ਆਪਾਂ ਤਾਂ ਇੱਥੋਂ ਤੱਕ ਕਿਹਾ ਹੈਗਾ ਹੈ ਕਿ ਜਦੋਂ ਫੋਨ ਕਰੀਦਾ ਨਾ ਭਾਜੀ, ਅਤੇ ਉੱਥੇ ਫੋਨ ਚੁੱਕ ਕੇ ਕਹਿੰਦੇ ਆ ਕਿ ਅਸੀਂ ਅਕਾਲੀਆਂ ਤੋਂ, ਸਾਨੂੰ ਡਰ ਲੱਗਦਾ ਜਿੱਦਾਂ ਤੁਹਾਨੂੰ ਪਤਾ ਨਾ ਗੁੱਡਾ ਕਰਦੀ। ਹਾਂਜੀ, ਉਹਦਾ ਕਰਕੇ ਉਹ ਕਹੀ ਹੋਇਆ ਕਿ ਭਾਜੀ ਵੋਟ ਅਸੀਂ ਝਾੜੂ ਨੂੰ ਪਾਣੀ ਹੈ, ਤੇ ਬਾਕੀ ਅਸੀਂ ਨਾ ਜਿੱਦਾਂ ਕਿ ਖੁੱਲ ਕੇ ਨੀ ਜਿੱਦਾਂ ਤੁਰ ਸਕਦੇ ਨਾਲ ਤੇ ਚੱਲ ਨੀ ਸਕਦੇ। ਬਾਕੀ ਭਾਜੀ ਤੁਹਾਨੂੰ ਦੂਜਾ ਹੈਗਾ ਨਾ, ਮੈਨੂੰ ਦੱਸੋ ਕਿੱਦਾਂ ਕਰਨਾ? ਮੈਂ ਕਾਫੀ ਇੰਟਰਸਟਡ ਹੈ ਗੱਲ ਤਾਂ, ਇਹਦਾ ਘਰ ਬੈਠੇ ਬੈਠੇ ਗੱਲ ਹੋ ਗਈ, 2 ਮਿੰਟ ਲੱਗੇ ਲਾਏ ਤੇ ਕੁਛ ਸੇਵਾ ਕਰ ਲਈ ਪੰਜਾਬ ਲਈ। ਹਾਂਜੀ ਹਾਂਜੀ, ਆਨਲਾਈਨ ਤੁਸੀਂ ਕਰਕੇ ਨਾ